ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਅਸਲਾਮ ਅਲੈਕੁਮ ਦੋਸਤੋ, ਤੁਸੀਂ ਵੇਖ ਰਹੇ ਹੋ ਇਤਮਾਦ ਟੀਵੀ ਅਤੇ ਮੈਂ ਹਾਂ ਤੁਹਾਡਾ ਦੋਸਤ ਮਨਜ਼ੂਰ ਅਹਿਮਦ। ਦੋਸਤੋ, ਤੁਹਾਡੇ ਵਾਸਤੇ ਰੋਜ਼ਾਨਾ ਨਵੀਆਂ ਤੋਂ ਨਵੀਆਂ ਸੋਹਣੀਆਂ ਅਤੇ ਖੂਬਸੂਰਤ ਜਾਨਵਰਾਂ ਦੀ ਵੀਡੀਓ ਲੈ ਕੇ ਹਾਜ਼ਰ ਹੁੰਦੇ ਹਾਂ। ਅੱਜ ਮੁੜ ਲੈ ਕੇ ਆਇਆ ਤੁਹਾਡੇ ਵਾਸਤੇ ਖੂਬਸੂਰਤ ਤੀਸਰੇ ਸੂਏ ਦੀ ਜੋਟੀ। ਕੈਮਰਾਮੈਨ ਜੋਟੀ ਵਿਖਾਉਂਦਾ। ਜੋਟੀ ਵੇਖਣ ਤੋਂ ਪਹਿਲਾਂ ਦੋਸਤੋ, ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈੱਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਬਿਲਕੁਲ ਆਸਾਨੀ ਦੇ ਨਾਲ ਤੁਹਾਡੇ ਤੱਕ ਪਹੁੰਚ ਸਕੇ। ਕੈਮਰਾਮੈਨ ਜੋਟੀ ਵਿਖਾਉਂਦਾ। ਇਦੋਂ ਨਾ ਇਹਨੂੰ ਛੱਡ ਕੇ ਟੋਰੋ ਥੋੜ੍ਹਾ ਜਿਹਾ। ਤੁਰੰਤ ਅਸੀਂ ਟੁਰੰਤ ਵਾਵਾਂਗੇ। ਬਣਾਉਂਦੇ ਪਏ ਨੇ ਤੇ ਤੈਨੂੰ ਗਲਾ ਦਿੰਦੇ ਆ ਬਾਈ ਹੋ ਰਹੀ ਥੋੜਾ ਗਲਣਾ ਹੀ ਵਟਸਐਪ ਤੇ ਚਲੋ ਮੈਂ ਗਲਾ ਅੱਗੇ ਤੁਸੀਂ ਦੱਸ ਰਿਹਾ ਤੀਸਰੇ ਸੂਏ ਦੀ ਪੱਕੀ ਤੀਸਰੇ ਸੂਏ ਦੀ ਤੇ ਇਹਨੂੰ ਸੂਈ ਨੂੰ ਕਿੰਨੇ ਦੇਵੋਗੇ? ਪੰਜਾਂ ਦਿਨਾਂ ਦੀ ਸੂਈ ਦੇ ਥੱਲੇ ਬੱਚਾ ਕੀ ਹੈ? ਬੱਚਾ ਥੱਲੇ ਨੇ ਕੱਟੀ ਹੈ। ਕੈਮਰਾਮੈਨ ਆਇਆ, ਬੱਚਾ ਵੇਖਾ ਹੋਵੇ ਦੇ ਥੱਲੇ। ਇਹ ਜੀ ਕੱਟੀ ਹੈ ਇਹਦੇ ਥੱਲੇ।
ਪੰਜ ਦਿਨ ਇਹਨੂੰ ਸੂਈ ਨੂੰ ਹੋ ਗਏ ਨੇ। ਕੱਟੀ ਮਾਸ਼ਾਅੱਲਾ ਸੋਹਣੀ ਹੈ, ਖੂਬਸੂਰਤ ਕੱਟੀ ਹੈ। ਅੱਛਾ, ਪੰਜ ਦਿਨ ਹੋ ਗਏ ਜੀ ਸੂਈ ਨੂੰ ਤੇ ਪੰਜਾਂ ਦਿਨਾਂ 'ਚ ਅੱਜ ਕਿੰਨਾ ਹੁਣ ਇਹ ਕਨਫਰਮ ਅਤੇ ਪੱਕਾ ਦੁੱਧ ਕਿੰਨਾ ਕਰ ਰਹੀ ਹੈ ਜੀ? ਕਨਫਰਮ ਜੀ, ਆਪਾਂ ਝੂਠ ਨਹੀਂ ਮਾਰਨਾ ਬਹਿ ਜਾਣ, ਸਭ ਗੱਲ ਸਿੱਧੀ ਤੇ ਸੱਚੀ ਕਰਿਆ ਜਿਹੜੀ ਪੂਰੀ ਵੀ ਆਪਾਂ ਕਰ ਸਕੀਏ। ਬਿਲਕੁਲ ਜੀ, ਪਿਛਲੀ ਜੋੜੀ ਦਾ ਨਾ ਜੀ 9 ਕਿਲੋ ਦੁੱਧ ਦੇ ਰਹੀ ਹੈ। ਪਿਛਲੀ ਜੋੜੀ ਦਾ 9 ਕਿਲੋ ਤੇ ਅਗਲੀ ਜੋੜੀ ਛੱਡ ਕੇ ਬੱਚੇ ਨੂੰ 9 ਕਿਲੋ ਪੱਕਾ ਦੁੱਧ ਦੋਵਾਂ ਟਾਈਮਾਂ ਦਾ, ਦੋਵਾਂ ਟਾਈਮਾਂ ਦਾ ਚੁਆਰ ਲਵੀ ਹੈ ਤੇ ਮਤਲਬ ਕਿ 2-3 ਟਾਈਮ ਚੁਆਈ, ਅਗਰ ਦੋਸਤ ਕੋਈ ਲੈਣਾ ਚਾਹੇ ਚੁਆਈ ਕਰਾਉਣਾ ਚਾਹੇ ਤਾਂ 9 ਕਿਲੋ ਚੁਆ ਦੇ ਸਕ। ਇਨਸ਼ਾਅੱਲਾ ਜ਼ਰੂਰ ਜੀ, ਪੱਕਾ ਦੁੱਧ ਜੀ 9 ਕਿਲੋ ਪਿਛਲੀ ਜੋੜੀ ਦੇ ਵਿੱਚੋਂ, ਅਗਲੀ ਜੋੜੀ ਛੱਡ ਕੇ ਬੱਚੇ ਨੂੰ ਤੇ ਪਿਛਲੀ ਜੋੜੀ 'ਚ 9 ਕਿਲੋ ਦੁੱਧ ਹੋ ਗਿਆ। ਠੀਕ ਹੈ ਰਾਜ ਸਾਹਿਬ, ਉਹਨਾਂ ਦੀ ਪੱਕੀ ਕਨਫਰਮ ਜਿਹੜੀ ਆ ਨਾ ਲਵਣ ਦੇਵਣ ਵਾਲੀ ਗੱਲ, ਓਵਰ ਕੈਮਰੇ ਵੇਖ ਕੇ ਜਾਂ ਵੀਡੀਓ ਵੇਖ ਕੇ ਓਵਰ ਨਹੀਂ ਮੰਗਣੀ, ਜਿਹੜੀ ਪੱਕੀ ਰੱਖੀ ਲਵਣੀ ਨੇ ਨਾ ਜਿੰਨੇ, ਉਹ ਇਹਦੀ ਕੀਮਤ ਦੱਸੋ। ਮੱਝ ਲੁੱਟ ਪੈ ਜਾਣ ਵੇਖੀਏ ਤੇ ਮੱਝ ਬੜੀ ਖੂਬਸੂਰਤ ਹੈ, ਮਾਸ਼ਾਅੱਲਾ ਉਹਦਾ ਖੂਬਸੂਰਤ ਦਿਸਦੀ ਵੀ, ਸਾਡੇ ਦੋਸਤ ਵੀ ਵੇਖੀ ਹੈ। 3 ਲੱਖ ਮੰਗਾ ਤਾਂ ਮੇਰੇ ਮੱਝ 'ਤੇ ਜੁੜ ਜਾਂਦਾ ਹੈ, ਪਰ ਲੇਕਿਨ 2.5 ਲੱਖ ਰੁਪਈਏ ਦੀ ਅਸੀਂ ਮੱਝ ਕਨਫਰਮ ਦੇ ਸਕਦੇ। ਮੰਗਾਂ ਨੂੰ ਜੀ ਤੁਹਾਡੀ ਚੀਜ਼ ਹੈ, ਚਾਹੇ ਤੁਸੀਂ 3 ਛੱਡ ਕੇ 5 ਮੰਗ ਲਓ, ਗੱਲ ਉਹ ਕਰੋ ਜਿਹੜੀ ਬਣਦੀ ਜੁੜਦੀ ਹੋਵੇ ਅਤੇ ਜਿੱਥੇ ਤੇਰੀ ਮੱਝ ਕੋਈ ਲਵਣ ਵਾਸਤੇ ਲੋਕ ਤਿਆਰ ਵੀ ਹੋਵੇ। ਬਾਕੀ ਹਾਂ, ਦੂਸਰੇ ਨੰਬਰ 'ਤੇ ਸਾਡੇ ਚਾਚੂ ਰਸ਼ੀਦ ਸਾਹਿਬ ਹਨ, ਸਜਾਦ ਸਾਹਿਬ ਹਨ, ਉਹਨਾਂ ਦੇ ਫਰਮਾਇਸ਼ 'ਤੇ ਅਸੀਂ ਇਹ ਕੰਮ ਕਰ ਰਹੇ, ਇਨਸ਼ਾਅੱਲਾ ਮਜ਼ੀਦ ਵੀ ਕਰਦੇ ਰਹਾਂ। ਨੰਬਰ ਤੁਸੀਂ ਆਪਣਾ ਬੋਰਡ ਛੱਡੋ ਜੀ, ਜਿਹੜੇ ਵੀ ਸਾਡੇ ਦੋਸਤ ਹੋਏ ਉਹ ਤੁਹਾਡੇ ਨੰਬਰ 'ਤੇ ਖੁਦ ਤੁਹਾਡੇ ਨਾਲ ਰਾਬਤਾ ਕਰ ਲਈ ਸਨ। ਕੋਈ ਦੋਸਤ ਸਾਡੇ ਨਾਲ ਕਰਨਾ ਚਾਹਵੇ ਤਾਂ ਸਾਡੇ ਨਾਲ ਕਰ ਸਕਦੇ ਹਨ, ਬਾਈ ਨਾਲ ਕਰਨਾ ਚਾਹੋ ਤਾਂ ਨੰਬਰ ਬੋਲ ਦਿੰਦੇ ਹਨ, ਬਾਈ ਹੋਰੀ ਬਾਈ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ, ਖੁਦ ਡੀਲ ਕਰ ਸਕਦੇ ਹੋ। ਸਾਨੂੰ ਖੁਸ਼ੀ ਇਸ ਚੀਜ਼ ਦੀ ਹੈ ਦੋਸਤੋ, ਖੁਦਾ ਮਾਫ਼ ਕਰੇ, ਸਾਨੂੰ ਕੋਈ ਲਾਲਚ ਨਹੀਂ, ਕੋਈ ਸਾਨੂੰ ਇਹਦੇ ਵਿੱਚ ਗਰਜ਼ ਨਹੀਂ ਹੈ ਕਿ ਯਾਰ ਸਾਨੂੰ ਵਿੱਚੋਂ ਕਮਿਸ਼ਨ ਲਵੇ। ਸਾਡੇ ਵਾਸਤੇ ਇਹ ਸਭ ਤੋਂ ਵੱਡੀ ਚੀਜ਼ ਹੈ ਤੁਹਾਡਾ ਤਾਵਣ ਹੈ, ਜਿਹੜੇ ਤੁਸੀਂ ਸਾਡੇ ਨਾਲ ਤਾਵਣ ਕਰਦੇ ਹੋ, ਤੁਹਾਡੀ ਮੁਹੱਬਤ ਹੈ। ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਦੋਸਤਾਂ ਨਾਲ ਸ਼ੇਅਰ ਕਰੋ। ਸਾਨੂੰ ਇਸ ਉੱਤੇ ਕੋਈ ਚੀਜ਼ ਨਹੀਂ ਚਾਹੀਦੀ, ਤੁਹਾਡਾ ਤਾਵਣ ਚਾਹੀਦਾ, ਤੁਹਾਡੀ ਮੁਹੱਬਤ ਚਾਹੀਦੀ। ਇਹ ਬਾਈ ਹੋਰਾਂ ਦਾ ਨੰਬਰ ਬੁਲਵਾ ਰਿਹਾ, ਇਹਨਾਂ ਨਾਲ ਖੁਦ ਕਰ ਲਵਿਆ ਰਾਬਤਾ, ਤੁਹਾਨੂੰ ਰੁਪਈਆ ਛੱਡੇ, ਲੱਖ ਛੱਡੇ, ਕੱਖ ਛੱਡੇ, ਸਾਡੇ ਵਾਸਤੇ ਉਹ ਖੁਸ਼ੀ ਵਾਲੀ ਗੱਲ ਹੋ ਸੀਗੀ। ਨੰਬਰ ਬੋਲੋ ਜੀ ਆਪਣਾ। ਨੰਬਰ 0302-0302-4012-417-417, ਪਿੰਡ ਦਾ ਹੀ ਨੰਬਰ 417 ਅਤੇ ਇਹਨਾਂ ਦਾ ਐਂਡ 'ਤੇ 417 ਰਾਏ ਨਿਆਜ਼ ਖਰਲ। ਇਹ ਤੁਸੀਂ ਖੁਦ ਵੀ ਰਾਬਤਾ ਇਹਨਾਂ ਨਾਲ ਕਰ ਸਕਦੇ ਹੋ। ਚਾਚੂ ਰਸ਼ੀਦ ਸਾਹਿਬ ਤੁਸੀਂ ਵੀ ਸੁਣ ਰਹੇ ਹੋ, ਸਜਾਦ ਸਾਹਿਬ ਅਸੀਂ ਤੁਹਾਡੇ ਜਿਹੜਾ ਹੁਕਮ ਹੈ ਉਹ ਪੂਰਾ ਕਰ ਦਿੱਤਾ ਹੈ ਅਤੇ ਇਨਸ਼ਾਅੱਲਾ ਕਰਦੇ ਰਸਾਂਗੇ। ਅੱਛਾ ਰਾਜ ਸਾਹਿਬ, ਇਹਦੀ ਹੁਣ ਕੀਮਤ ਤਾਂ ਆਈ ਹੈ ਫਾਈਨਲ ਜੀ, ਕੀਮਤ ਇਹਦੀ 2.5 ਲੱਖ ਤੋਂ ਜ਼ਿਆਦਾ ਹੈ। ਫਾਈਨਲ ਚਾਹੀਦੀ ਨਹੀਂ, ਜਿੰਨੇ ਦੀ ਜੋਟੀ ਮਾਸ਼ਾਅੱਲਾ ਸੋਹਣੀ ਹੈ, ਜਿਹੜੀ ਚੀਜ਼ ਮੱਝ ਸੋਹਣੀ ਹੈ ਤੇਰੀ, ਲੇਕਿਨ ਕੀਮਤ ਜ਼ਿਆਦਾ ਹੈ। 45 ਦੀ ਜੋਟੀ ਦੇ ਸਕਦੇ ਐਂਡ ਦੱਸੋ ਜਿੱਥੇ ਤੁਸੀਂ ਐਂਡ ਦੇਵਣੀ ਬਹਿਸ, ਤਾਂ ਹੁਣ ਆਪਾਂ ਹੁਣ ਸ਼ੁਰੂ ਹੋ ਵੀ ਨਾ, ਸ਼ਾਮ ਤੱਕ ਕਰਦੇ ਰਹੇ ਵੀ ਬਹਿਸ ਤਾਂ ਮੁੱਕਦੀ ਕਾ ਨਹੀਂ, ਜਿੱਥੇ ਤੁਸਾਂ ਜਿੱਥੋਂ ਨੇ ਰੁਪਈਆ ਵੀ ਛੱਡਣਾ ਨਾ। ਬਾਕੀ ਹਾਂ, ਸਾਡੇ ਦੋਸਤ ਮੁੜ ਵੀ ਕਰਨ ਅਤੇ ਉਹਨਾਂ ਨਾਲ ਮੁਹੱਬਤ ਕਰਨੀ ਹੈ ਤੇ ਐਂਡ ਆਪਦੀ ਦੱਸ ਦੇਵੋ। 30 ਦੀ ਜੋਟੀ ਦੇ ਛੱਡਾਂਗੇ, 2,30,000 ਰੁਪਈਆ। 9 ਕਿਲੋ ਦੁੱਧ ਤੁਸੀਂ ਕਨਫਰਮ ਚੁਆਈ ਕਰਾਵਣੀ, ਚੁਆਈ ਕਰਾਵਣੀ ਜੀ, ਕਲੀਅਰ। 2,30,000 ਰੁਪਈਆ ਬਾਈ ਕਹਿ ਰਹੇ ਨੇ। ਰਾਜ ਸਾਹਿਬ ਸਾਡੇ ਦੋਸਤ ਅਗਰ ਕਰਦੇ ਨਾ ਕਾਲ ਆਉਂਦੇ ਨੇ ਤੇ ਇਹ ਸਾਡੇ ਵੱਲੋਂ ਵੀ ਰਿਕੁਐਸਟ ਹੈ ਕਿ ਸਫ਼ਰ ਕਰਕੇ ਆਉਂਦੇ ਨੇ, ਦੂਸਰੇ ਨੰਬਰ 'ਤੇ ਉਹ ਕਿਰਾਇਆ ਕਾਫੀ ਭਰਦੇ ਨੇ, 15,000-25,000 ਵੀ ਸਾਡੇ ਦੋਸਤ ਕਿਰਾਏ ਭਰਦੇ ਨੇ। ਬਿਲਕੁਲ, ਉਹਨਾਂ ਨੂੰ ਕਾਫੀ ਮਹਿੰਗੀ ਪੈ ਜਾਂਦੀ, ਫਿਰ ਵੀ ਮੁਹੱਬਤ ਕਰਿਆ ਚੀਜ਼ ਲੈ ਜਾਣਗੇ ਤੇ ਫਿਰ ਵੀ ਉਹਨਾਂ ਦੇ ਦਿਲ। ਚਲੋ ਜੀ, ਉਹਨਾਂ ਦੇ ਨਸੀਬ ਮੁਕੱਦਰ। ਦੋਸਤੋ ਮਾਸ਼ਾਅੱਲਾ ਖੂਬਸੂਰਤ ਮੱਝ ਹੈ, ਦੁਬਾਰਾ ਫਿਰ ਕੈਮਰਾਮੈਨ ਇੱਕ ਵਾਰੀ ਵਿਖਾ ਦੇਵੋ।
ਅੱਖੀ ਮਾਸ਼ਾਅੱਲਾ ਸੋਹਣੀਆਂ ਇਸੂ, ਸਿੰਘ ਸੋਹਣੇ ਇਸੂ ਗਏ, ਤੁਸਾਂ ਵੇਖੀਏ ਬਾਕੀ ਥਣ ਮਾਸ਼ਾਅੱਲਾ ਵਿਰਲਾ ਚ ਸੋਹਣੇ ਥਣ ਇਸੂ ਗਏ, ਸਿੰਘ ਚੂਰਕੁੰਡ ਇਸੂ ਅੱਖਾਂ ਵਿਖਾ ਦੇਵੇ ਮਾਸ਼ਾਅੱਲਾ ਸੋਹਣੀਆਂ ਅੱਖਾਂ ਨੇ, ਚੂਰਕੁੰਡ ਸਫੈਦ ਜਿਹੜੀਆਂ ਨਾ ਅੱਖਾਂ ਤੇ ਚੂਰਕੁੰਡ ਸਿੰਘ ਨੇ ਵੇਖ ਲਓ ਮਾਸ਼ਾਅੱਲਾ ਸੋਹਣੇ ਨੇ, ਤੇ ਥਣ ਦੁਬਾਰਾ ਵਿਖਾ ਦੇਵੇ ਥਣ ਵਿਰਲਾ ਚ ਹਨ ਜੀ, ਮੁੱਠੀ ਭਰ ਥਣ ਹੈ ਜੀ। ਬਾਕੀ ਦੁੱਧ ਦਾ ਵੀ ਤੁਹਾਨੂੰ ਦੱਸ ਦਿੱਤਾ ਜੀ, 9 ਕਿਲੋ ਦੁੱਧ ਬਾਈ ਹੋਰੀ ਦੱਸ ਰਹੇ ਨੇ ਮਾਸ਼ਾਅੱਲਾ, ਅਸੀਲ ਹੈ ਬਾਕੀ ਥੋੜ੍ਹਾ ਜਿਹਾ ਇਸ ਟਾਈਮ ਤਾਂ ਫਿਰ ਇਹਨੇ ਕਰਨਾ ਹੀ ਹੈ ਜੀ। 5 ਦਿਨਾਂ ਦੀ ਸੂਈ ਹੋਈ ਹੈ ਅਤੇ ਤੁਹਾਨੂੰ ਵੀ ਪਤਾ ਦੋਸਤੋ, ਇਨਸ਼ਾਅੱਲਾ ਖੁਰਾਕ ਦੇ ਲਿਹਾਜ਼ ਨਾਲ ਦੁੱਧ ਹੋਰ ਕਰੇਗੀ। ਵੇਲ ਵੀ ਮਾਸ਼ਾਅੱਲਾ ਤੁਹਾਡੇ ਸਾਹਮਣੇ ਵੇਲ ਕਾਫੀ ਮਾਸ਼ਾਅੱਲਾ ਸੋਹਣੀ ਇਸੂ, ਲੰਮੀ ਵੇਲ ਇਸੂਗੀ, ਅਤੇ ਪਸੰਦ ਕਰਕੇ ਖਰੀਦ ਸਕਦੇ ਹੋ ਦੋਸਤੋ। ਨੰਬਰ ਦੋਸਤ ਦਾ ਵੀ ਤੁਹਾਨੂੰ, ਬਾਈ ਦਾ ਵੀ ਦੇ ਛੱਡਿਆ, 2,30,000 ਰੁਪਇਆ ਫਾਈਨਲ ਦੱਸ ਰਹੇ ਨੇ। ਇਨਸ਼ਾਅੱਲਾ ਅਸੀਂ ਵੀ ਕੋਸ਼ਿਸ਼ ਕਰ ਸਾਂ, ਤੁਸੀਂ ਰਾਬਤਾ ਕਰੋ, ਤੁਹਾਨੂੰ ਛੱਡ ਦੇਣ, ਤੁਸੀਂ ਛਡਾਓ, ਜਦੋਂ ਤੁਹਾਡੀ ਫਾਈਨਲ ਹੋ ਜਾਵੇ ਤਾਂ ਅਸੀਂ ਕੋਸ਼ਿਸ਼ ਕਰ ਸਾਂ ਉਹਦੇ ਵਿੱਚ ਵੀ ਛਡਾਵੀਏ। ਬਾਕੀ ਦੋਸਤੋ ਇੱਕ ਹੋਰ ਰਾਹ ਸਾਹਿਬ ਇੱਕ ਮਿੰਟ ਆਇਆ, ਸਾਡੇ ਅਜ਼ਰਮ ਸਾਹਿਬ ਆਣਗੇ UK ਤੋਂ, ਉਹਨਾਂ ਦਾ ਪੈਗਾਮ ਹੈ, ਰਾਤੀ ਮੇਰੀ ਉਹਨਾਂ ਨਾਲ ਗੱਲ ਹੁੰਦੀ ਪਈ ਆਈ, ਉਹਨਾਂ ਦਾ ਪੈਗਾਮ ਹੈ ਤੁਹਾਡੇ ਬਾਈਆਂ ਤੱਕ ਤੁਹਾਡੇ ਤੱਕ ਪਹੁੰਚਾਉਣਾ। ਉਹਨਾਂ ਨੇ ਪੈਗਾਮ ਇਹ ਦਿੱਤਾ ਕਿ ਸਾਡੇ ਦੋਸਤਾਂ ਨੂੰ ਤੁਸੀਂ ਇਹ ਪੈਗਾਮ ਦੇਣਾ ਕਿ ਮਾਲ ਤਾਂ ਆਪਾਂ ਪਾਲਦੇ ਹੀ ਹਾਂ, ਰੱਖਦੇ ਹੀ ਹਾਂ, ਸਾਰਾ ਦਿਨ ਜਾਨਵਰਾਂ ਦੇ ਕਰਨੇ, ਲੇਕਿਨ ਕੋਸ਼ਿਸ਼ ਇਹ ਕਰੋ ਕਿ ਅੱਛੀ ਚੀਜ਼ ਪਾਲੀਏ। ਅੱਛੀ ਚੀਜ਼ ਮੁਰਾਦ ਉਹਨਾਂ ਦੀ ਇਹ ਕਿ ਇਹਨਾਂ ਦੀ ਬਰੀਡ ਅੱਛੀ ਕਰੋ, ਇਹਨਾਂ ਦਾ ਜਿਹੜਾ ਸਾਣ ਆਪਾਂ ਕਰਨੇ ਹਾਂ ਇਹਨਾਂ ਵਾਸਤੇ ਇਸਤੇਮਾਲ, ਉਹਦਾ ਇੰਤਖਾਬ ਅੱਛਾ ਕਰੋ, ਉਹਦੇ ਮਤਲਬ ਨਸਲ ਅੱਛੀ ਹੋਵੇ, ਤਾਂ ਕਿ ਆਪਣੀ ਜਿਹੜੀ ਨੀਲੀ ਰਾਵੀ ਆ ਨਾ, ਨੀਲੀ ਤਾਂ ਅੱਜ ਕੱਲ੍ਹ ਕੋਈ ਇੱਕ ਅੱਧੀ ਲੱਭਦੀ ਹੈ, ਨੀਲੀ ਦਾ ਤਾਂ ਐਵੇਂ ਨਾਂ ਬਣਿਆ ਹੋਇਆ, ਆਪਣੇ ਕੋਲ ਤਾਂ ਨੀਲੀ ਲੱਭਦੀ ਕਾਇਮ। ਇਹ ਰਾਤੀ ਸਾਡੀ ਕੋਈ ਤਕਰੀਬਨ ਘੰਟਾ ਉਹਨਾਂ ਨਾਲ ਗੱਪਸ਼ਪ ਹੁੰਦੀ ਰਹੀ, ਮਾਸ਼ਾਅੱਲਾ ਬੜੀ ਖੁਸ਼ੀ ਹੋਈ ਹੈ ਜੀ, ਤੇ ਉਹਨਾਂ ਨੇ ਬੜੀਆਂ ਅੱਛੀਆਂ ਗੱਲਾਂ ਦੱਸੀਆਂ ਸਾਨੂੰ ਯਾਰ, ਬਹੁਤ ਪੁਰਾਣੀ ਪਿੱਛੇ ਗੱਲ ਰਹਿ ਗਈ ਨੀਲੀ। ਹਾਂਜੀ, ਨੀਲੀ ਦੀਆਂ ਮੱਝਾਂ, ਨੀਲੀ ਵਾਲੀਆਂ ਗੱਲਾਂ ਬਿਲਕੁਲ ਕੋਈ ਨਹੀਂ ਰਹਿ ਗਈਆਂ, ਨੀਲੀ ਰਾਵੀ ਚੱਲਦੀ ਪਈ ਆਪਣੇ ਇਲਾਕੇ ਦੇ ਵਿੱਚ, ਤੇ ਉਹਨਾਂ ਦਾ ਇਹ ਪੈਗਾਮ ਹੈ ਕਿ ਦੋਸਤਾਂ ਤੱਕ ਮੇਰਾ ਪੈਗਾਮ ਪਹੁੰਚਾਉਣਾ ਕਿ ਇਹ ਇਹਨਾਂ ਦੀ ਨਾ ਬਰਾਏ ਮਿਹਰਬਾਨੀ ਬਰੀਡ ਜਿਹੜੀ ਆ ਨਾ ਅੱਛੀ ਕਰੋ, ਇਹਨਾਂ ਦੀ ਨਸਲ ਕਸ਼ੀ ਤੇ ਨਾ ਇੱਕ ਵਾਰੀ ਗੌਰ ਕਰੋ। ਆਪਾਂ ਮੱਝ ਪਾਲਣੀ ਹੈ 9 ਮਹੀਨੇ, ਸਾਰਾ ਕੁਛ ਵਖਤ ਕਰਨਾ ਨਾ, 10 ਮਹੀਨੇ ਜਿਹੜੇ ਉਹ ਕਰ ਦੇਣ ਵਖਤ, ਲੇਕਿਨ ਕਮ ਅਜ਼ ਕਮ ਅੱਛੀ ਬਰੀਡ ਦਾ ਇੰਤਖਾਬ ਕਰੋ। ਇਹ ਤੁਹਾਡੇ ਅੱਗੇ ਵੀ ਸਾਡੀ ਰਿਕੁਐਸਟ ਹੈ ਦੋਸਤੋ, ਜਿਹੜੇ ਤੁਸੀਂ ਵੀ ਸੁਣ ਰਹੇ ਹੋ, ਤੁਸੀਂ ਵੀ ਇਸ ਚੀਜ਼ ਨੂੰ ਜਾਣਦੇ ਹੋ, ਸਾਡੇ ਨਾਲ ਤਾਂ ਬਿਹਤਰ ਜਾਣਦੇ ਹੋ, ਲੇਕਿਨ ਮੈਂ ਆਪਣੇ ਦੋਸਤ ਦਾ ਬਾਈ ਦਾ ਪੈਗਾਮ ਤੁਹਾਡੇ ਤੱਕ ਪਹੁੰਚਾਉਣਾ ਸੀ, ਉਹ ਪਹੁੰਚਾ ਦਿੱਤਾ ਕਿ ਦੋਸਤ ਮੇਰੇ ਕਹਿੰਦੇ ਨੇ ਕਿ ਬਰੀਡ ਦਾ ਅੱਛੀ ਨਸਲ ਦਾ ਇੰਤਖਾਬ ਕਰੋ। ਠੀਕ ਹੈ ਦੋਸਤੋ, ਸਾਰਾ ਕੁਝ ਤੁਹਾਨੂੰ ਦੱਸ ਦਿੱਤਾ, ਕੀਮਤ ਵੀ, ਬਾਈ ਦਾ ਨੰਬਰ ਵੀ। ਅਸੀਂ ਇੱਕ ਵਾਰੀ ਫਿਰ ਕਹਿੰਦੇ ਹਾਂ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈੱਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰੋ, ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਮਿਲਾਂਗੇ ਦੋਸਤੋ ਅਗਲੀ ਵੀਡੀਓ ਤੱਕ, ਇਜਾਜ਼ਤ ਦਿਓ, ਖੁਦਾ ਹਾਫਿਜ਼।